ਅੱਜ ਦੀ ਅੰਜੀਲ ਦੀ ਆਖਰੀ ਵਚਨ ਮੱਤੀ 10:7 ਹੈ। ਇਹ ਵਚਨ ਉਸ ਅਧਿਕਾਰ ਅਤੇ ਸ਼ਕਤੀ ਉੱਤੇ ਜ਼ੋਰ ਦਿੰਦੀ ਹੈ ਜੋ ਯੇਸੂ ਨੇ ਚੇਲਿਆਂ ਨੂੰ ਦਿੱਤਾ ਸੀ ਅਤੇ ਉਹਨਾਂ ਦੇ ਕੰਮ ਦੇ ਪਰਿਵਰਤਨਸ਼ੀਲ ਅਤੇ ਮੁੜ ਸਥਾਪਿਤ ਕਰਨ ਵਾਲੇ ਸੁਭਾਅ ਨੂੰ ਦਰਸਾਉਂਦਾ ਹੈ। ਯੇਸੂ ਦੇ ਉਦੇਸ਼ ਯਹੂਦੀ ਭਾਈਚਾਰੇ ਦੇ ਅੰਦਰ ਗੁਆਚੇ ਲੋਕਾਂ ਤੱਕ ਪਹੁੰਚਣਾ ਹੈ। ਇਹ ਯੇਸੂ ਦੀ ਸੇਵਕਾਈ ਦੁਆਰਾ ਆਉਣ ਵਾਲੇ ਪਰਿਵਰਤਨ ਵੱਲ ਤੁਰੰਤ ਧਿਆਨ ਦੇਣ ਅਤੇ ਜਵਾਬ ਦੇਣ ਦੀ ਮੰਗ ਕਰਦਾ ਹੈ। ਮੇਰੇ ਪ੍ਰਭੂ ਯੇਸੂ, ਮੈਨੂੰ ਉਸ ਅਧਿਕਾਰ ਅਤੇ ਜ਼ਿੰਮੇਵਾਰੀ ਨੂੰ ਪਛਾਣਨਾ ਸਿਖਾਓ ਜੋ ਮਸੀਹ ਦੇ ਪੈਰੋਕਾਰਾਂ ਵਜੋਂ ਸਾਡੇ ਆਸ ਪਾਸ ਦੇ ਲੋਕਾਂ ਨੂੰ ਤੰਦਰੁਸਤੀ, ਉਮੀਦ ਅਤੇ ਸੁਰਗ ਰਾਜ ਦੇ ਸੰਦੇਸ਼ ਲਿਆਉਣ ਲਈ ਹੈ। ਇਹ ਪ੍ਰਭੂ, ਅੱਜ ਮੈਨੂੰ ਮੇਰੇ ਆਪਣੇ ਭਾਈਚਾਰੇ ਤੋਂ ਸ਼ੁਰੂ ਕਰਕੇ ਤੁਹਾਡੇ ਪਿਆਰ ਦੇ ਕੰਮਾਂ ਨੂੰ ਫੈਲਾਉਣ ਲਈ ਹਿੰਮਤ ਨਾਲ ਜੀਵਨ ਦੀ ਕਿਰਪਾ ਪ੍ਰਦਾਨ ਕਰ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੇਨ।